ਅਰਦਾਸ ਦੀ ਇੱਕ ਮੀਟਿੰਗ ਹੋਈ ਸੀ ਪ੍ਰਧਾਨਾਂ ਨਾਲ ਲੁਧਿਆਣੇ ਤੇ ਗਸਰੂ ਉੱਥੇ ਅਰਥ ਹੋਣ ਲੱਗੇ ਹੁਕਮਨਾਮੇ ਦੇ ਅੱਜ ਮੇਰੇ ਵੀਰ ਸਿੰਘ ਇੱਥੇ ਕਜਾਏ ਹੋਣਗੇ ਹੁਕਮਨਾਮਾ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਤੇ ਉਹਦੀ ਵਿਚਾਰ ਹੋਣ ਲੱਗੀ ਵਿਚਾਰ ਵਿੱਚ ਕੌਣ ਸੀ ਦੋਵੇਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਕਮੇਟੀ ਦਾ ਤੀਜੇ ਸੀ ਬਾਬਾ ਨਿਹਾਲ ਸਿੰਘ ਜਹਲੀਆਂ ਵੇਲਾ ਵਾਲੇ ਬਾਬਾ ਦੂਜੀ ਚੰਗਾ ਦੇ ਨੁਮਾਇੰਦੇ ਦਾਸ ਵੀ ਵਿਅਕਤੀ ਸੀ ਭਾਈ ਅਮਰੀਕ ਸਿੰਘ ਦੇ ਸੰਤਾਂ ਦੇ ਭਟੰਡੀ ਸੰਤਗਾਂ ਦੇ ਕਰਤਾਰ ਸਿੰਘ ਦੇ ਖਾਲਸਾ ਜੀ ਦੇ ਤੇ ਹੋਰ ਵੀ ਗੁਰਮੁਖ ਸੱਜਣ ਦਾਸ ਦੇ ਨਾਲ ਜਥੇ ਤਰਨ ਵਾਲੇ ਸੀ ਵੀਰ ਉੱਥੇ ਦੋਹਾਂ ਪ੍ਰਧਾਨਾਂ ਨੇ ਮੈਨੂੰ ਹੁਕਮਨਾਮੇ ਦੇ ਅਰਥ ਗਲਤ ਕਰਨਾ ਮੇਰਾ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੈਂ ਕਿਹਾ ਭਾਈ ਤੁਸੀਂ ਅਰਥ ਦੱਸ ਦਿਓ ਮੈਂ ਉਹ ਅਰਥ ਸੰਗਤਾਂ ਨੂੰ ਬੇਨਤੀ ਕਰਨ ਲੱਗ ਪਵਾਂਗਾ ਕਹਿਣ ਲੱਗੇ ਸੁੱਧ ਅਰਥ ਇਹ ਹੈ ਕਿ ਸ਼ਾਂਤਮਈ ਢੰਗ ਨਾਲ ਪ੍ਰਚਾਰ ਕਰਨਾ ਸੁੱਧ ਅਰਥ ਹੈ ਤੇ ਤਲਵਾਰ ਅਸ਼ੁੱਧ ਹੈ ਮੇਰੇ ਪ੍ਰਧਾਨ ਸਾਹਿਬ ਗਲਤ ਬੋਲਦੇ ਹੈ ਕਹਿਣ ਲੱਗੇ ਗਲਤ ਕਿਵੇਂ ਹੈ ਮੇਰੇ ਤਲਵਾਰ ਅਯੋਗ ਨਹੀਂ ਕਹਿੰਦੇ ਅਯੋਗ ਹੈ ਮੈਂ ਕਿਹਾ ਗਲਤ ਹੈ ਕਹਿੰਦੇ ਸਿੱਧ ਮੈਂ ਕਿਹਾ ਤੁਸੀਂ ਦੱਸੋ ਅਯੋਗ ਹੈ ਅਗਰ ਪਰਿਵਾਰ ਨਾਲ ਗੱਲ ਵਧਣਾ ਨਾ ਤੁਸੀਂ ਕਹਿ ਸਕਦੇ ਸੀ ਮਾਰਨਾ ਅਯੋਗ ਹੈ ਗਰੀਬ ਨੂੰ ਤੰਗ ਕਰਨਾ ਅਯੋਗ ਹੈ ਗਰੀਬ ਨੂੰ ਦੁਖੀ ਕਰਨਾ ਅਯੋਗ ਹੈ ਲੁੱਟਣਾ ਅਯੋਗ ਹੈ ਸ਼ਬਦ ਵਰਤ ਸਕਦੇ ਸੀ ਤੁਸੀਂ ਤਲਵਾਰ ਨਾਲ ਅੱਖਰ ਵਰਤਿਆ ਕੋਈ ਵੀ ਸਿੱਧਾ ਕਹਿ ਦਿੱਤਾ ਤਲਵਾਰ ਅਯੋਗ ਹੈ ਸ੍ਰੀ ਸਾਹਿਬ ਅਯੋਗ ਚ ਨਹੀਂ ਹੋ ਸਕਦਾ ਪਤਾ ਮਿਲੀ ਕਿੱਥੋਂ ਦੱਸੋ ਪੰਜਵੇਂ ਸਰੂਪ ਦਾ ਕਿਹੜੇ ਗੁਰੂ ਸਾਹਿਬਾਨ ਨੇ ਸ੍ਰੀ ਸਾਹਿਬ ਆਪਣੇ ਕੋਲ ਰੱਖੀ ਹੈ ਪੰਜਵੇਂ ਪਿਤਾ ਨੂੰ ਤੱਤੀ ਤਵੀ ਤੇ ਬਿਠਾ ਕੇ ਕੁਰਬਾਨ ਕਰਕੇ ਮੇਰੀ ਪੀਰ ਦੇ ਮਾਲਕ ਨੇ ਤਲਵਾਰ ਸ੍ਰੀ ਸਾਹਿਬ ਲਈ ਹੈ ਤੇ ਪਿਤਾ ਨੂੰ ਕੁਰਬਾਨ ਕਰਕੇ ਸ੍ਰੀ ਸਾਹਿਬ ਤੰਗਣਾ ਅਯੋਗ ਹੈ ਤੇ ਪਹਿਲੀ ਕਿਸ ਵਾਸਤੇ ਧਰਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਦੁਸ਼ਟਾਂ ਨੂੰ ਸੰਘਾਰ ਕਰਨ ਵਾਸਤੇ ਕਿ ਦੁਸ਼ਟ ਨੂੰ ਦੰਡ ਦੇਣ ਵਾਸਤੇ ਸ੍ਰੀ ਸਾਹਿਬ ਆਪਣੀ ਅਯੋਗ ਹੋਵੇਗੀ ਫਿਰ ਮੈਂ ਇਹਦੇ ਕਦੇ ਕੁਝ ਅੰਤਰ ਸੀ ਛੇਵੇਂ ਪਾਤਸ਼ਾਹ ਨੇ ਓਨੀ ਪ੍ਰਪੱਕਤਾ ਨਹੀਂ ਕੀਤੀ ਕਿਉਂਕਿ ਉਸ ਟਾਈਮ ਤੇ ਸਿੱਖ ਰਾਤ ਨੂੰ ਕਿਰਪਾਨਾ ਲਾ ਕੇ ਪੈ ਜਾਇਆ ਕਰਦੇ ਕਿਉਂਕਿ ਅੰਮ੍ਰਿਤ ਨੂੰ ਛਕਾਇਆ ਜੀ ਇਸ ਸ੍ਰੀ ਸਾਹਿਬ ਦੀ ਪ੍ਰਪੱਕਤਾ ਕਰਨ ਵਾਸਤੇ ਪੂਰਾ ਸਰੀਰ ਦਾ ਕੀ ਆਤਮਾ ਦਾ ਅੰਗ ਬਣਾਉਣ ਵਾਸਤੇ ਸਰੀਰ ਦਾ ਅੰਗ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਰਨ ਲਈ ਧਰ ਪਿਤਾ ਜੀ ਨੇ ਪੰਜਾਂ ਪਹਿਲਾਂ ਪਿਤਾ ਨੂੰ ਕੁਰਬਾਨ ਕੀਤਾ ਪਿਤਾ ਨੂੰ ਕੁਰਬਾਨ ਕਰਕੇ ਪੰਜਾਂ ਪਿਆਰਿਆਂ ਦੇ ਸਿਰ ਜੁਦਾ ਕਰਕੇ ਪ੍ਰਪੱਕਤਾ ਕਰ ਦਿੱਤੀ ਕਿ ਕਿਰਪਾਨ ਸਵਾ ਹੋਣ ਤੱਕ ਸੂਬ ਸਾਨਕਾ ਦੇ ਜਾਣ ਤੱਕ ਸੰਸਕਾਰ ਕਰਨ ਤੱਕ ਤੇ ਗੁਰੂ ਕੇ ਸਿੱਖ ਨੇ ਕਿਰਪਾਨ ਸਵਾਹ ਵਿੱਚੋਂ ਵੀ ਪਾਸੇ ਵੀ ਕਰਨੀ ਜਿੱਥੇ ਵਿੱਚੋਂ ਵੀ ਪਾਸੇ ਨਹੀਂ ਕਰਨੀ ਜਦੋਂ ਜਲ ਪ੍ਰਵਾਹ ਕਰਨਾ ਕਿਰਪਾਨ ਨਾਲ ਹੀ ਲੈਣੀ ਚਾਹੀਦੀ ਹੈ ਇਹ ਪ੍ਰਪੱਕਤਾ ਪ੍ਰਧਾਨ ਸਾਹਿਬ ਟੌੜਾ ਸਾਹਿਬ ਜੀ ਇਸ ਤਰ੍ਹਾਂ ਮਿਲੀ ਹੈ ਕਿਰਪਾਨ ਤੇ ਤੁਸੀਂ ਹੋਲੀ ਕਿਸੇ ਮੂੰਹ ਹਾਲਾਤਾਂ ਦੀ ਕਿਰਪਾਨ ਅਯੋਗ ਹੈ ਅਗਰ ਤੁਹਾਡੇ ਵਾਸਤੇ ਅਯੋਗ ਹੋਣੀ ਸਾਡੇ ਵਾਸਤੇ ਕਿਰਪਾਨ ਅਯੋਗ ਨਹੀਂ ਇਹ ਹੁਕਮਨਾਮੇ ਦੇ ਪਹਿਲੇ ਪਦ ਅਰਥ ਹੋ ਰਿਹਾ ਜੀ ਜਿਹਦੇ ਵਿੱਚ ਲਿਖਿਆ ਕਿ ਹਰ ਯੋਗ ਤਰੀਕੇ ਨਾਲ ਨਰਕ ਧਾਰੀਆਂ ਦੇ ਤੋਲੇ ਦੀ ਵਿਰੋਧਤਾ ਕੀਤੀ ਜਾਵੇ ਹਰ ਯੋਗ ਤਰੀਕੇ ਨਾਲ ਹਰ ਯੋਗ ਤਰੀਕਾ ਇਹ ਹੈ ਕਿ ਧਰਮ ਨੂੰ ਰੱਖਿਆ ਕਰਨ ਵਾਸਤੇ ਜਿਵੇਂ ਵੀ ਹੋ ਸਕਦਾ ਗੁਰੂ ਕੇ ਸਿੱਖ ਨੂੰ ਅਧਨ ਕਰਨਾ ਚਾਹੀਦਾ ਕਹਿਣ ਲੱਗੇ ਜੀ ਇਹ ਠੀਕ ਨਹੀਂ ਫਿਰ ਪਰਿਵਾਰ ਦਾ ਜਨਮ ਹੋਇਆ ਤੇ ਮੈਂ ਜਨਮ ਹੋਇਆ ਤੇ ਫਿਰ ਤੁਸੀਂ ਇਹ ਕਿਉਂ ਪ੍ਰਚਾਰ ਕਰਦੇ ਕਿ ਅੰਮ੍ਰਿਤ ਛਕਣਾ ਅੰਮ੍ਰਿਤ ਛਕਣਾ ਜਨਮ ਹੀ ਹੋਇਆ ਨਾ ਅੰਮ੍ਰਿਤ ਛਕਣਾ ਪਾਪ ਹੋਇਆ ਫਿਰ ਕਿਉਂਕਿ ਅੰਮ੍ਰਿਤ ਛਕੇ ਦਿਨ ਕਿਰਪਾਨ ਦੀ ਆਗੇ ਨਹੀਂ ਪਾਉਣ ਦੀ ਫਿਰ ਤੱਤ ਹੋ ਗਿਆ ਉਹਦਾ ਕੋਈ ਉੱਤਰ ਨਹੀਂ ਦਿੱਤਾ ਅੰਮ੍ਰਿਤ ਕਰ ਤੇਰੇ ਵਿੱਚ ਇੱਕ ਮਗਰ ਹੁਣ ਤੇਰੇ ਵਿਚਾਰ ਵੀ ਤਾਂ ਸੁਣਨੀ ਹੈ ਦੂਜੇ ਪਾਸੇ ਅਰਥ ਕਰ ਤੇ ਇਹਨਾਂ ਨੂੰ ਵਧਣ ਫੁੱਲਣ ਤੋਂ ਸਮਾਜ ਤੇ ਸੰਸਾਰ ਵਿੱਚ ਵਧਣ ਫੁੱਲਣ ਤੋਂ ਰੋਕਿਆ ਜਾਵੇ ਇਹਦੇ ਕੀ ਅਰਥ ਹੈ ਅਗਲੇ ਇੱਕ ਪਦ ਹੋਰ ਰਹਿੰਦਾ ਇਹਦੇ ਮਗਰ ਕਹਿੰਦਾ ਇਹਦੇ ਅਰਥ ਹੈ ਕਿ ਪੰਜ ਪਿਆਰਿਆਂ ਨੂੰ ਪੁੱਛੇ ਜਾਣੇ ਚਾਹੀਦੇ ਪੰਜ ਪਿਆਰਿਆਂ ਨੂੰ ਹੁਕਮਨਾਮਾ ਜਾਰੀ ਕੀਤਾ ਮੈਂ ਤਾਂ ਨਹੀਂ ਕੀਤਾ ਤੇ ਮੈਂ ਪੰਜਾਂ ਪਿਆਰਿਆਂ ਦਾ ਅਰਥ ਮੈਂ ਪੁੱਛਾਂ ਪੰਜਾਂ ਪਿਆਰਿਆਂ ਦਾ ਅਰਥ ਪੁੱਛੋ ਤੁਸੀਂ ਜਿਹਨਾਂ ਨੂੰ ਸ਼ੰਕਾ ਹੈ ਹੁਕਮਨਾਮੇ ਤੇ ਮੈਨੂੰ ਕੋਈ ਸ਼ੰਕਾ ਨਹੀਂ ਮੈਂ ਤਾਂ ਪਾਲਣਾ ਕਰਦਾ ਮੈਂ ਨਾ ਪੰਜਾਂ ਪਿਆਰਿਆਂ ਨੂੰ ਪੁੱਛਣ ਦਾ ਅਧਿਕਾਰੀ ਹੈ ਪੰਜ ਪਿਆਰਿਆਂ ਤੋਂ ਗੁਰੂ ਕੀ ਕੌਮ ਸਮੁੱਚੇ ਤੌਰ ਤੇ ਬੇਨਤੀ ਕਰਕੇ ਪੁੱਛ ਸਕਦੇ ਪੰਜ ਪਿਆਰੇ ਗੁਰੂ ਦਾ ਰੂਪ ਹੁੰਦੇ ਹੈ ਇਸ ਵਾਸਤੇ ਜੇ ਤੁਹਾਨੂੰ ਸ਼ੱਕ ਹੈ ਤੁਸੀਂ ਪੁੱਛੋ ਸਪਸ਼ਟੀਕਰਨ ਕਰਵਾਵੋ ਫਿਰ ਕਹਿਣਗੇ ਪੰਜਾਂ ਪਿਆਰਿਆਂ ਨੂੰ ਸਪਸ਼ਟੀਕਰਨ ਕਰਵਾਉਣਾ ਪਾਪ ਹੈ ਤੇ ਜਦੋਂ ਪਾਪ ਹੈ ਤੇ ਜਿਹੜੇ ਅਸੀਂ ਅਰਥ ਦੱਸਦੇ ਉਹਨਾਂ ਮਗਰ ਲੱਗੋ ਇਹ ਚੀਜ਼ ਜੇ ਗੋਰਖ ਧੰਦੇ ਵਿੱਚ ਜਨਤਾ ਨੂੰ ਪਾ ਕੇ ਤੇ ਗੁਮਰਾਹ ਕਰੇ ਚੱਲੋ ਨਾ ਅਸਾਂ ਦਸਿਆ ਤੇ ਲੱਗਣਾ ਨਾ ਆਪ ਦੱਸਣਾ ਨਾ ਪੰਜਾਂ ਪਿਆਰਿਆਂ ਤੋਂ ਪੁੱਛਣਾ ਜਨਤਾ ਜਾਵੇ ਕਿੱਧਰ ਨੂੰ ਉਹਦਾ ਕੋਈ ਉੱਤਰ ਨਹੀਂ ਦਿੱਤਾ ਸੋ ਗੁਰੂ ਦੇ ਪਿਆਰੇ ਕਿਹੋ ਜਿਹੇ ਕੋਈ ਹਰਕਤਾਂ ਹੈ ਅਜ ਤੀਜੇ ਪਾਸੇ ਅਰਥ ਦਿੱਤੇ ਸੀ ਕਿ ਇਹਨਾਂ ਦੇ ਨਾਲ ਬਾਈਕਾਟ ਕੀਤਾ ਜਾਵੇ ਰੋਟੀ ਦੇ ਕੇ ਸਾਂਝ ਬੰਦ ਸੋ ਗੁਰੂ ਦੇ ਪਿਆਰੇ ਇਹਨਾਂ ਵਿੱਚ ਇਹ ਤਿੰਨੀ ਉਲਟ ਹੈ ਚੌੜਾ ਵੀ ਤਲਵੰਡੀ ਵੀ ਤੇ ਦਾਦਰ ਵੀ ਤੇ ਮੈਂ ਤਿੰਨਾਂ ਚ ਦੱਸੋ ਕਿਹੜਾ ਕਰਦਾ ਹੁਕਮਨਾਮੇ ਤੇ ਬੈਠ ਕੇ ਵਿਚਾਰ ਕਰੇ ਗੁਰੂ ਦੀ ਸੰਗਤ ਇਹਦੇ ਵਿੱਚ ਮੇਰੇ ਕੋਲ ਸੁਣ ਕੇ ਕੰਨਾਂ ਤੇ ਹੱਥ ਕਰੋ ਤੁਸੀਂ ਵੀ ਪੁੱਛੋ ਉਹਨਾਂ ਨੂੰ ਰੈਗੂਲੇਸ਼ਨ ਦਿਓ ਚਾਹੇ ਖ਼ਬਰਾਂ ਵਿੱਚ ਦਿਓ
चाहे गुरु के प्यारे उन्होंने सद के अपने इतने शहर नगर किसी कानफ्रेंस और प्रश्न करो कि चल करो तो हुक्मनामे चलते हैं तो हुक्मनामे तो चलते हैं बनावा लिखे तो गुरु ग्रंथ साहब कभी सिख नहीं गुरु ग्रंथ साहब अकाल तख्त साहब नहीं मनते कहो अपनी जबान तो जो नहीं कहते तो पालना करो हुक्मनामे की क्यों नहीं करते तो गुरु के प्यारे मैं तो सिते मिलते डर के पुछता उन्होंने तो उत्तर कोई नहीं देंगे चुप करके फिर चले जाते हैं। इस वास्ते संगत का भी फर्ज बनता है।